ਬਿਜਲੀ ਦੀ ਨੰਗੀ ਤਾਰਾਂ ਦੇ ਵਿੱਚ ਕਰੰਟ ਹੋਣ ਕਾਰਨ ਇੱਕ ਬੇਜੁਬਾਨ ਪਸ਼ੂ ਸਾਂਢ ਦੀ ਤੜਫ ਤੜਫ ਕੇ ਅੱਜ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ। ਬੜੀ ਭਾਵਕ ਤਸਵੀਰਾਂ ਨੇ, ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ। ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਵਾਂ ਗਰਾਉਂ ਦੀ, ਜਿੱਥੇ ਕਿ ਨਵਾਂ ਗਰਾਉਂ ਹਮੇਸ਼ਾ ਮੁਸ਼ਕਲਾਂ ਦੇ ਨਾਲ ਘਿਰਿਆ ਰਹਿੰਦਾ ਹੈ। ਸਮੇਂ ਸਮੇਂ ਸਿਰ ਆ ਕੇ ਇਸ ਜਗ੍ਹਾ ਉੱਤੇ ਲੀਡਰ ਬਣੇ ਹੋਏ ਵਾਅਦੇ ਕਰਦੇ ਨੇ, ਪਰ ਨਵਾਂ ਗਰਾਉਂ ਦੀ ਤਸਵੀਰ ਅੱਜ ਤੱਕ ਨਹੀਂ ਬਦਲੀ। ਇਸ ਨੂੰ ਲੈ ਕੇ ਨਵਾਂ ਗਰਾਉਂ ਦੇ ਵਿੱਚ ਬਿਜਲੀ ਵਾਲੇ ਮੀਟਰਾਂ ਦੇ ਬਾਕਸਾਂ ਦੀਆਂ ਤਾਰਾਂ ਨੰਗੀਆਂ ਨੇ, ਕਰੰਟ ਉਸ ਦੇ ਵਿੱਚ ਹੈ, ਜਿਸ ਨੂੰ ਲੈ ਕੇ ਕਈ ਵਾਰ ਪਹਿਲਾਂ ਵੀ ਵੱਡੇ ਹਾਦਸੇ ਵਾਪਰ ਚੁੱਕੇ ਨੇ, ਪਰ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਬੇਜਵਾਨ ਪਸ਼ੂ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਲੋਕਾਂ ਨੂੰ ਹੁਣ ਡਰ ਸਤਾ ਰਿਹਾ ਹੈ ਕਿਤੇ ਨਾ ਕਿਤੇ ਇਨਸਾਨਾਂ ਦੀਆਂ ਮੌਤਾਂ ਵੀ ਇਸ ਤਰੀਕੇ ਨਾਲ ਹੋਣਗੀਆਂ। ਅਗਰ ਬਿਜਲੀ ਮਹਿਕਮੇ ਅਧਿਕਾਰੀਆਂ ਨੇ ਤਾਰਾਂ ਨਾ ਬਦਲੀਆਂ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਲੋਕਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਹੈ, ਨਗਰ ਕੌਂਸਲ ਦੇ ਖਿਲਾਫ ਵੀ ਭੜਾਸ ਕੱਢੀ ਹੈ। ਨਗਰ ਕੌਂਸਲ ਦੇ ਖਿਲਾਫ ਭੜਾਸ ਇਸ ਕਰਕੇ ਕੱਢੀ ਹੈ, ਦੱਸ ਦਿੰਦੇ ਹਾਂ ਕਿ ਲੋਕਾਂ ਵੱਲੋਂ ਨਗਰ ਕੌਂਸਲ ਨੂੰ ਸੂਚਿਤ ਕੀਤਾ ਗਿਆ ਸੀ ਕਿ ਕਾਫੀ ਦੇਰ ਰਾਸਤਾ ਬੰਦ ਹੋ ਚੁੱਕਾ ਹੈ, ਇਸ ਸਾਂਢ ਨੂੰ ਸਹੀ ਜਗ੍ਹਾ ਦਫਨਾ ਕੇ ਇਸ ਨੂੰ ਪਾਸੇ ਕੀਤਾ ਜਾਵੇ, ਪਰ ਨਗਰ ਕੌਂਸਲ ਦਾ ਕੋਈ ਅਧਿਕਾਰੀ ਕਰਮਚਾਰੀ ਨਾ ਪਹੁੰਚਿਆ, ਜਿਸ ਤੋਂ ਬਾਅਦ ਮੌਜੂਦ ਲੋਕਾਂ ਵੱਲੋਂ ਸਾਂਢ ਨੂੰ ਬੜੀ ਮੁਸ਼ਕਿਲ ਦੇ ਨਾਲ ਪਾਸੇ ਕੀਤਾ ਗਿਆ ਤੇ ਨਗਰ ਕੌਂਸਲ ਦੇ ਨਾਲ ਬਿਜਲੀ ਅਧਿਕਾਰੀਆਂ ਦੇ ਖਿਲਾਫ ਜੰਮ ਕੇ ਭੜਾਸ ਕੱਢ ਕੇ ਨਾਅਰੇਬਾਜ਼ੀ ਕੀਤੀ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਟੈਕਸਾਂ ਦੇ ਪੈਸੇ ਨਗਰ ਕੌਂਸਲ ਤੇ ਬਿਜਲੀ ਅਧਿਕਾਰੀ ਤਨਖਾਹਾਂ ਲੈਂਦੇ ਨੇ, ਪਰ ਅੱਜ ਜਦੋਂ ਇੱਕ ਬੇਜਵਾਨ ਪਸ਼ੂ ਦੀ ਮੌਤ ਹੋਈ ਹੈ, ਲੋਕਾਂ ਨੂੰ ਮੁਸ਼ਕਿਲ ਆ ਰਹੀ ਹੈ, ਉਸ ਸਮੇਂ ਕੋਈ ਅਧਿਕਾਰੀ ਪਹੁੰਚ ਕੇ ਰਾਜੀ ਨਹੀਂ। ਦੱਸ ਦਿੰਦੇ ਇੱਕ ਪਾਸੇ ਅੱਤ ਦੀ ਬਾਰਿਸ਼ ਨਵਾਂ ਗਰਾਉਂ ਦੇ ਵਿੱਚ ਪਈ ਹੈ, ਜਿੱਥੇ ਕਿ ਪਾਣੀ ਗਲੀਆਂ ਨਾਲੀਆਂ ਦੇ ਵਿੱਚ ਭਰ ਭਰ ਕੇ ਆਇਆ ਹੋਇਆ ਸੀ। ਲੋਕਾਂ ਨੂੰ ਡਰ ਸਤਾ ਰਹੇ ਸੀ ਕਿ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਨਾ ਵੜ ਜਾਵੇ। ਦੂਜੇ ਪਾਸੇ ਜੋ ਨੰਗੀਆਂ ਤਾਰਾਂ ਨੇ, ਬਿਜਲੀ ਦੇ ਮੀਟਰ ਦੇ ਬਾਕਸ ਨੇ, ਉਹ ਕਾਫੀ ਨੀਚੇ ਲੱਗੇ ਹੋਏ ਨੇ, ਉਹਨਾਂ ਦੇ ਵਿੱਚ ਪਾਣੀ ਭਰ ਗਿਆ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਡਰ ਸਤਾ ਰਿਹਾ ਸੀ ਕਿ ਜੋ ਪਾਣੀ ਗਲੀਆਂ ਨਾਲੀਆਂ ਦੇ ਵਿੱਚ ਆ ਰਿਹਾ ਉਸ ਦੇ ਵਿੱਚ ਕਿਤੇ ਨਾ ਕਿਤੇ ਕਰੰਟ ਨਾ ਆ ਜਾਵੇ, ਜਿਹਦੇ ਕਾਰਨ ਲੋਕ ਘਰਾਂ ਦੇ ਵਿੱਚ ਹੀ ਬੈਠੇ ਸੀ। ਪਰ ਜਦੋਂ ਬਾਹਰ ਨਿਕਲਦਾ ਦੇਖਿਆ ਕਿ ਇੱਕ ਬੇਜਵਾਨ ਪਸ਼ੂ ਮਰਿਆ ਪਿਆ, ਤੜ ਤੜ ਕੇ ਉਸਦੀ ਜਾਨ ਨਿਕਲੀ ਹੈ। ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਇਨਸਾਨ ਦੀ ਮੌਤ ਨਾ ਹੋਵੇ। ਤੇ ਬਿਜਲੀ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਮੌਜੂਦ ਲੋਕਾਂ ਵੱਲੋਂ ਕਿ ਤਾਰਾਂ ਨੂੰ ਬਦਲਿਆ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਪਸ਼ੂਆਂ ਦੀ ਜਗ੍ਹਾ ਇਨਸਾਨਾਂ ਦੀਆਂ ਮੌਤਾਂ ਹੋਣਗੀਆਂ, ਕਿਸੇ ਘਰ ਦਾ ਚਿਰਾਗ ਬੁੱਝ ਜਾਵੇਗਾ, ਕਿਸੇ ਘਰ ਦਾ ਕੋਈ ਮੈਂਬਰ ਮਰ ਜਾਵੇਗਾ, ਉਸ ਤੋਂ ਬਾਅਦ ਧਰਨੇ ਪ੍ਰਦਰਸ਼ਨ ਲੱਗਦੇ ਨੇ, ਮੁਆਵਜ਼ੇ ਦੀਆਂ ਗੱਲਾਂ ਹੁੰਦੀਆਂ ਨੇ, ਪਰ ਪਹਿਲਾਂ ਹੀ ਕਾਫੀ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ, ਅਜੇ ਤੱਕ ਮੁਆਵਜ਼ਿਆਂ ਦੀ ਉਡੀਕ ਕਰ ਰਹੇ ਨੇ। ਦੂਜੇ ਪਾਸੇ ਪਰਿਵਾਰਕ ਮੈਂਬਰ ਮੁੜ ਕੇ ਨਹੀਂ ਆਉਂਦਾ ਤੇ ਤੜਫ ਤੜਫ ਕੇ ਉਸਦੀ ਜਦੋਂ ਜਾਨ ਨਿਕਲਦੀ ਹੈ। ਇਹ ਤਸਵੀਰ ਦਿਖਾਈ ਹੈ, ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚਾ ਦਿਓ, ਜਿਸ ਕਰਕੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਅੱਜ ਇੱਕ ਪਸ਼ੂ ਦੀ ਮੌਤ ਹੋਈ ਹੈ। ਆਉਣ ਵਾਲੇ ਦਿਨਾਂ ਵਿੱਚ ਨਵਾਂ ਗਰਾਉਂ ਦੇ ਵਿੱਚ ਲੋਕਾਂ ਦੀਆਂ ਲਾਸ਼ਾਂ ਦੇ ਢੇਰ ਵੀ ਲੱਗ ਸਕਦੇ ਨੇ, ਜਿਸ ਤਰੀਕੇ ਦੇ ਨਾਲ ਤਾਰਾਂ ਨੰਗੀਆਂ ਨੇ ਤੇ ਹੋਰ ਵੀ ਲੋਕ ਮੁਸ਼ਕਲ ਨਾਲ ਜੂਝ ਰਹੇ ਨੇ।